ਤੇ ਹੁਣ ਗੱਲ ਕਰਦੇ ਹਾਂ ਫਿਰ ਅਕਾਲੀ ਭਾਜਪਾ ਦੀ। ਸੁਖਬੀਰ ਬਾਦਲ ਨੇ ਇੱਕ ਵਾਰੀ ਫਿਰ ਭਾਰਤੀ ਜਨਤਾ ਪਾਰਟੀ ਨੂੰ ਮੋੜਵਾਂ ਜਵਾਬ ਦਿੱਤਾ। ਉਹਨਾਂ ਇੱਕ ਵਾਰ ਫਿਰ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਆਪਣਾ ਗਠਬੰਧਨ ਕਰ ਲਿਆ। ਹਰਿਆਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 5 ਸੀਟਾਂ ਤੇ ਚੋਣ ਲੜੇਗਾ ਅਤੇ ਅੱਜ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਵੱਡੇ ਐਲਾਨ ਕੀਤੇ। ਸੁਖਬੀਰ ਬਾਦਲ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇੰਝ ਲੱਗਦਾ ਹੈ ਕਿ ਸੁਖਬੀਰ ਬਾਦਲ ਇੱਕ ਵਾਰ ਫਿਰ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਸਮਝੌਤਾ ਕਰਕੇ ਕੁਝ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਚੁਣੌਤੀ ਦੇ ਸਕਦੇ ਨੇ। ਪਰ ਸੁਖਬੀਰ ਬਾਦਲ ਨੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਭਾਵੇਂ ਹਰਿਆਣੇ ਦੇ ਵਿੱਚ ਅਸੀਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਰਵਾਂਗੇ ਪਰ ਦਿੱਲੀ ਅਤੇ ਪੰਜਾਬ ਦੇ ਵਿੱਚ ਭਾਜਪਾ ਨਾਲ ਸਾਡਾ ਗਠਬੰਧਨ ਪੱਕਾ। ਅਸਲ ਦੇ ਵਿੱਚ ਬੀਬੀ ਹਰਸਿਮਰਤ ਕੇਂਦਰ ਦੇ ਵਿੱਚ ਮੰਤਰੀ ਵੀ ਹੈ। ਜੇ ਗਠਬੰਧਨ ਕੱਚਾ ਹੋਇਆ ਤਾਂ ਬੀਬੀ ਦਾ ਮਹਿਕਮਾ ਵੀ ਕੱਚਾ ਹੋ ਸਕਦਾ ਹੈ। ਉੱਧਰ ਪੰਜਾਬ ਦੇ ਵਿੱਚ 5 ਅਕਤੂਬਰ ਨੂੰ ਹੋਣ ਵਾਲੀ ਅਕਾਲੀ ਭਾਜਪਾ ਦੀ ਮੀਟਿੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਸਿਆਸੀ ਇਲਜ਼ਾਮਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੇ ਵਰਕਰ ਇੱਕ ਦੂਸਰੇ ਦੇ ਨਾਲ ਨਹੀਂ ਤੁਰ ਰਹੇ, ਜਿਸ ਕਰਕੇ 5 ਅਕਤੂਬਰ ਦੀ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ। ਸ਼ਵੇਤ ਮਲਿਕ ਅਤੇ ਸੁਖਬੀਰ ਸਿੰਘ ਬਾਦਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਵਰਕਰਾਂ ਨੂੰ ਜ਼ੋਰ ਦੇ ਕੇ ਕਿਹਾ ਜਾਏਗਾ ਕਿ ਉਹ ਮੁਕੇਰੀਆਂ ਦੇ ਵਿੱਚ ਭਾਜਪਾ ਦੀ ਮਦਦ ਕਰਨ ਅਤੇ ਜਲਾਲਾਬਾਦ ਅਤੇ ਦਾਖਾ ਦੇ ਵਿੱਚ ਅਕਾਲੀ ਦਲ ਦੀ ਮਦਦ ਕਰਨ। ਇਸੇ ਤਰ੍ਹਾਂ ਫਗਵਾੜੇ ਵਿੱਚ ਵੀ ਅਕਾਲੀ ਵਰਕਰ ਭਾਜਪਾ ਦੀ ਮਦਦ ਕਰਨ। ਅਸਲ ਦੇ ਵਿੱਚ ਜਦੋਂ ਦੀ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹਰਿਆਣਾ ਵਿੱਚ ਤੜਿੰਗ ਹੋਈ ਹੈ, ਪੰਜਾਬ ਦੇ ਵਿੱਚ ਅਕਾਲੀ ਭਾਜਪਾ ਵਰਕਰ ਉੱਪਰੋਂ ਹੋਰ ਅਤੇ ਅੰਦਰੋਂ ਹੋਰ ਦਿਖ ਰਹੇ ਨੇ। ਇਸ ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਦਾ ਪੱਤਰ ਦਿੱਤਾ ਗਿਆ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਨੇ ਨਰਿੰਦਰ ਮੋਦੀ ਨੂੰ ਸਿੰਧ ਜਲ ਪ੍ਰਣਾਲੀ ਤਹਿਤ ਪੰਜਾਬ ਦੇ 3 ਦਰਿਆਵਾਂ ਦਾ ਰਾਸ਼ਟਰੀ ਪ੍ਰੋਜੈਕਟ ਵਜੋਂ ਨਹਿਰੀਕਰਨ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ। ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਕਿ ਇਸ ਨਾਲ ਅਸੀਂ ਪੰਜਾਬ ਦੇ ਵਿੱਚ ਹਰ ਘਰ ਨੂੰ ਪੀਣ ਵਾਲੇ ਪਾਣੀ ਦੀ ਉਪਲਬਧਤਾ ਕਰਾ ਸਕਾਂਗੇ, ਪੰਜਾਬ ਦੇ ਵਿੱਚ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਵਿਕਾਸ ਕਰ ਸਕਾਂਗੇ ਅਤੇ ਅਸੀਂ ਨਹਿਰੀਕਰਨ ਪ੍ਰੋਜੈਕਟ ਸ਼ੁਰੂ ਕਰਨ ਨਾਲ ਪੰਜਾਬ ਦੇ ਵਿੱਚ ਪਾਣੀ ਦੀ ਉਤਪਾਦਕਤਾ ਨੂੰ ਵਧਾਉਣ 'ਤੇ ਵੀ ਜ਼ੋਰ ਦੇ ਸਕਾਂਗੇ ਅਤੇ ਅਸੀਂ ਪਾਣੀ ਦੀ ਉਪਲਬਧਤਾ ਬਣਾਉਣ ਦੇ ਵਿੱਚ ਵੀ ਕਾਮਯਾਬ ਰਹਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਪਾਣੀ ਨੂੰ ਸਾਂਭ ਸੰਭਾਲ ਦੀ ਦਿਸ਼ਾ ਦੇ ਵਿੱਚ ਵੀ ਮਜ਼ਬੂਤ ਹੋਵਾਂਗੇ। ਪਰ ਉਹਨਾਂ ਕਿਹਾ ਕਿ ਇਸ ਕੰਮ ਲਈ 400 ਕਰੋੜ ਲੱਗਣੇ ਨੇ, ਜੇ ਕੇਂਦਰ ਮਦਦ ਕਰੇ ਤਾਂ ਅਸੀਂ ਇਹ ਟੀਚਾ ਹਾਸਲ ਕਰ ਸਕਦੇ ਹਾਂ। ਫਿਲਹਾਲ ਨਰਿੰਦਰ ਮੋਦੀ ਨੇ ਇਸ ਮਸਲੇ 'ਤੇ ਗੌਰ ਨਾਲ ਵਿਚਾਰਨ ਦੀ ਗੱਲ ਕਹੀ ਹੈ। ਉਹ ਸਾਡਾ ਕੰਮ ਹੈ, ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਣ ਦੇਣੀ। ਇਹ ਜਿਹੜਾ ਕੰਮ ਹੈ ਲਾਂਘਾ ਰਾਣੇ ਸੁਲਤਾਨਪੁਰ ਲੋਧੀ, ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ, ਉਹ ਇਸ ਲੋਅ ਐਂਡ ਆਰਡਰ ਦੇ ਨਾਲ ਕੋਈ ਸੰਬੰਧਿਤ ਨਹੀਂ। ਇਹ ਵੱਡੀ ਗੱਲ ਹੈ। ਇਹ ਜਿੱਥੇ ਤਾਂ ਇਹ ਪਾਕਿਸਤਾਨ ਅਗਰ ਸੋਚਦੀ ਹੈ ਕਿਉਂਕਿ ਗੜਬੜ ਕਰੂ, ਉਹ ਅਸੀਂ ਬੈਠੇ ਹਾਂ ਆਪਣੇ ਸਾਹਿਬ ਨਾਲ। ਪੰਜਾਬ ਨੂੰ ਲਗਾਤਾਰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਰਹੀ, ਲਗਾਤਾਰ ਇੱਕ ਨਵੀਂ ਇਜਾਦ ਕੀਤਾ ਗਿਆ ਡਰੋਨ ਦੇ ਰਾਹੀਂ, ਲੱਗਦਾ ਹੈ ਕਿ ਅਰੇ ਡਰੋਨ ਨਹੀਂ, ਹੋਰ ਬੜੀ ਚੀਜ਼ਾਂ ਨੇ, ਮੈਂ ਤੁਹਾਨੂੰ ਕੁਝ ਦੱਸਣ ਨਹੀਂ ਲੱਗਿਆ, ਲੇਕਿਨ ਕੋਸ਼ਿਸ਼ ਉਹਨਾਂ ਦੀ ਹੈ ਆਬ ਹਵਾ ਖਰਾਬ ਕਰਨ ਨੂੰ, ਚਾਹੇ ਡਰੋਨ ਹੋਏ, ਚਾਹੇ ਉਈ ਕਰੋਸਿੰਗ ਹੋਏ, ਚਾਹੇ ਨਾਰਕੋ ਟੈਰਰਿਜ਼ਮ ਹੋਏ, ਸਭ ਕੁਝ ਇਹਨਾਂ ਨੇ ਆਪਣੇ ਤੌਰ 'ਤੇ ਪੂਰਾ ਕਰ ਰਹੇ ਨੇ। ਵੀ ਵਿਲ ਡੀਲ ਵਿਦ ਇਟ, ਪੰਜਾਬ ਗਵਰਨਮੈਂਟ ਇਜ਼ ਔਨ ਦਾ ਬਾਲ, ਸਾਨੂੰ ਕੋਈ ਇਹੋ ਜਿਹੀ ਕੋਈ ਸ਼ੰਕਾ ਨਹੀਂ, ਵੀ ਵਿਲ ਡੀਲ ਵਿਦ ਇਟ। ਸੋ ਕੀਪ ਜਿਹੜੇ ਸਾਡਾ ਗੁਰਪੁਰਬ ਹੈ ਉਹਨੂੰ ਅਲੱਗ ਰੱਖੋ, ਇਸ ਨੂੰ ਅਲੱਗ ਰੱਖੋ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚੋਂ ਜਾਣ ਵਾਲੇ ਵਫਦ ਦੇ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਨਾਲ ਚੱਲਣ। ਕੈਪਟਨ ਅਮਰਿੰਦਰ ਦੇ ਮੁਤਾਬਕ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਹਾਮੀ ਭਰ ਦਿੱਤੀ ਹੈ। ਹੁਣ ਡਾਕਟਰ ਮਨਮੋਹਨ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਕਿਸਤਾਨ ਜਾਣਗੇ, ਪਰ ਡਾਕਟਰ ਮਨਮੋਹਨ ਸਿੰਘ ਅਤੇ ਕੈਪਟਨ ਅਮਰਿੰਦਰ ਪਾਕਿਸਤਾਨ ਵੱਲੋਂ ਉਦਘਾਟਨੀ ਸਮਾਗਮਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਸਿਰਫ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗੁਰਦੁਆਰਾ ਸਾਹਿਬ ਜਾਣਗੇ, ਮੱਥਾ ਟੇਕਣਗੇ ਅਤੇ ਵਾਪਸ ਆਉਣਗੇ। ਕਾਬਲੇ ਜ਼ਿਕਰ ਹੈ ਪਾਕਿਸਤਾਨ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਉਦਘਾਟਨੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਹਾਲੇ ਤੱਕ ਇਹ ਸੱਦਾ ਨਰਿੰਦਰ ਮੋਦੀ ਉਹਨਾਂ ਨੂੰ ਭੇਜੇ ਜਾਣ ਦੀ ਕੋਈ ਖਬਰ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਦਾ ਜਨਮ ਭਾਵੇਂ ਪਾਕਿਸਤਾਨ ਦੇ ਵਿੱਚ ਹੋਇਆ ਹੈ, ਪਰ ਪਿਛਲੇ ਕਾਫੀ ਸਮੇਂ ਤੋਂ ਡਾਕਟਰ ਮਨਮੋਹਨ ਸਿੰਘ ਕਦੇ ਵੀ ਪਾਕਿਸਤਾਨ ਨਹੀਂ ਗਏ। ਸੁਲਤਾਨਪੁਰ ਲੋਧੀ ਸਾਹਿਬ, ਉਹਨਾਂ ਵਾਸਤੇ ਵੀ ਇਹੀ ਮੈਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਹਨਾਂ ਨੂੰ ਕਿਹਾ ਹੈ, ਇਹੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਉਸ ਵਾਸਤੇ। ਜਿੱਥੇ ਤਾਈਂ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਹਾਲੇ ਤਰੀਕਾਂ ਕਰਨੀਆਂ ਨੇ, ਇੱਥੇ ਹਾਲੇ ਤਹਿ ਨਹੀਂ,
ਪਰ ਅਸੀਂ ਆਪਣੇ ਵੱਲੋਂ ਸਭ ਕੁਝ ਦੱਸਿਆ ਹੈ। ਸਰ ਕਰਤਾਰਪੁਰ ਕੋਰੀਡੋਰ 9 ਨਵੰਬਰ ਨੂੰ ਖੋਲਦੇ ਆ, ਇਹ ਇਸਦੀ ਨਹੀਂ, ਇਹ 9 ਨਵੰਬਰ ਤਾਂ ਤੁਹਾਡੀ ਖਬਰ ਹੈ, ਉਹਨਾਂ ਦੇ ਕੋਲ ਪ੍ਰਾਈਮ ਮਿਨਿਸਟਰ ਕੋਲ 9 ਨਵੰਬਰ ਦੀ ਕੋਈ ਖਬਰ ਨਹੀਂ। ਉਹ ਪਹਿਲਾਂ ਉਹਨਾਂ ਦੇ ਆਫਿਸ ਤੋਂ ਆਪ ਪ੍ਰਾਈਮ ਮਿਨਿਸਟਰ ਫੈਸਲਾ ਕਰਨਗੇ, ਫਿਰ ਸਾਨੂੰ ਡੇਟ ਦੇਣਗੇ। ਹਾਲੇ ਸਾਡੇ ਕੋਲ ਕੋਈ ਡੇਟ ਨਹੀਂ। ਰਾਸ਼ਟਰਪਤੀ ਨੂੰ ਵੀ ਸੱਦਾ ਪੱਤਰ ਦੇਣ ਜਾ ਰਹੇ? ਮੈਂ ਹੁਣ ਜਾ ਰਿਹਾ, ਉਹ ਤਾਂ ਸਾਰਾ ਜਥਾ ਆ ਕੇ ਉਹ ਦੇ ਗਿਆ। ਸੀਮ ਸਾਹਿਬ, ਰੰਧਾਵਾ ਸਾਹਿਬ ਨੇ ਕਿਹਾ ਕਿ ਪੰਜਾਬ ਪੁਲਿਸ ਡਰੋਨ ਨਾਲ ਡੀਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈਗੀ, ਉਹਦੇ ਲਈ BSF ਤੇ SP ਜੀ ਨੂੰ ਆਪਸ ਵਿੱਚ ਗੱਲ ਕਰਨੀ ਚਾਹੀਦੀ ਹੈ। ਆਈ ਹੈਵ ਸੈਡ ਸੋ, ਰੰਧਾਵਾ ਸਾਹਿਬ ਇਜ਼ ਨਾਟ ਸੈਡ ਸੋ। ਮੈਨੇ ਕਿਹਾ ਕਿ ਵੀ ਹੈਵ ਆਸਕਡ ਆਲਸੋ ਦੀ ਏਅਰਫੋਰਸ ਐਂਡ ਦ BSF ਟੂ ਬੀ ਅਲਰਟ ਔਨ ਦਿਸ ਇਸ਼ੂ। ਉਧਰ ਪੰਜਾਬ ਦੇ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਟੱਡਰੀਆਂ ਵਾਲੇ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਟੱਡਰੀਆਂ ਵਾਲੇ 'ਤੇ ਗੰਭੀਰ ਇਲਜ਼ਾਮ ਲਾਏ ਗਏ ਨੇ। ਉੱਧਰ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ KS ਮੱਖਣ ਨੂੰ ਵੀ ਕਕਾਰ ਨਹੀਂ ਉਤਾਰਨੇ ਚਾਹੀਦੇ ਸਨ। ਉਹਨਾਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਵਰਤੇ ਗਏ ਸ਼ਬਦ ਵੀ ਗਲਤ ਸਨ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਸਾਰੇ ਭਖਵੇਂ ਮਸਲਿਆਂ 'ਤੇ ਆਪਣੀ ਰਾਏ ਰੱਖੀ। ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਦੇ ਜਿਹੜੇ ਵਿਦਵਾਨ ਨੇ, ਉਹਨਾਂ ਨੇ ਆ ਕੇ ਆਪਣੇ ਵੱਲੋਂ ਇਹ ਮੰਗ ਕੀਤੀ ਹੈ ਕਿ ਸਾਡੇ ਨਾਲ ਬਹਿ ਕੇ ਇਹ ਵਿਚਾਰ ਕਰਨ। ਜਿਹੜੇ ਲੋਕ ਮੀਡੀਆ 'ਤੇ ਬੋਲ ਕੇ ਲੋਕਾਂ ਨੂੰ ਭੜਕਾ ਰਹੇ ਨੇ, ਔਰ ਦੂਜੀ ਗੱਲ ਇਹ ਇੱਕ ਇਕੱਲੀ ਪੰਜਾਬ ਦੀ ਗੱਲ ਨਹੀਂ, ਜਿਹੜੀ ਵਿਦੇਸ਼ ਹੈ, ਜਿਹੜਾ ਵਿਦੇਸ਼ ਵਿੱਚ ਸਾਰੇ ਦੇਸ਼ਾਂ ਵਿੱਚ ਜਿੱਥੇ ਗੁਰਸਿੱਖ ਸੰਗਤਾਂ ਰਹਿੰਦੀਆਂ ਨੇ, ਵੀ ਘੱਟੋ ਘੱਟ 6 ਦੇਸ਼ਾਂ ਤੋਂ ਤਕਰੀਬਨ 50-60 ਮੇਲਾਂ ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਈਆਂ ਨੇ। ਸਾਡੇ ਕੋਲ ਵੀ ਉਹਨਾਂ ਦੇ ਪ੍ਰਿੰਟ ਆਊਟ ਪਏ ਹੋਏ ਨੇ, ਜਿਨ੍ਹਾਂ ਨੇ ਇਸ ਗੱਲ ਦੀ ਮੰਗ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਮਸਲੇ ਨੂੰ ਗੱਲਬਾਤ ਦੇ ਰਾਹੀਂ ਨਿਬੇੜਿਆ ਜਾਏ, ਜਾਂ ਜਿਹੜੇ ਵੀ ਤਰੀਕੇ ਨਾਲ ਨਿਬੇੜਨਾ ਹੈ ਤੁਸੀਂ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਕਾਰਵਾਈ ਕਰਨੀ। ਇਤਰਾਜ਼ ਦੇਖੋ, ਗੱਲ ਇਹ ਹੈ ਕਿ ਜਿਹੜੇ ਕਕਾਰ ਹੈਗੇ ਆ ਇਹ ਸਿੱਖਾਂ ਦੇ ਨਹੀਂ, ਇਹ ਗੁਰੂ ਦੇ ਆ। ਅਤੇ ਮੈਂ ਸਮਝਦਾ ਕਿ ਜੇ ਉਹ, ਚਲੋ ਉਹਦੀ ਜੇ ਗੱਲ ਮੰਨੀਏ ਕਿ ਕੁਝ ਸਿੱਖਾਂ ਨੇ ਉਹਦੇ ਖਿਲਾਫ਼ ਜਿਹੜੀਆਂ ਪੱਧਰ ਟਿੱਪਣੀਆਂ ਕੀਤੀਆਂ, ਗੁਰੂ ਨੇ ਤਾਂ ਨਹੀਂ ਕੀਤੀਆਂ। ਇਸ ਕਰਕੇ ਕਕਾਰ ਜਿਹੜਾ ਹੈ ਉਤਾਰ ਕੇ ਦੇਣਾ, ਇਹ ਸ਼ੋਭ ਨਿਕਣੀ ਹੈ, ਕਿਉਂਕਿ ਕਕਾਰ ਜਿਹੜੇ ਆ ਬੰਦਿਆਂ ਦੇ ਨਹੀਂ, ਕਕਾਰ ਸਿੱਖਾਂ ਦੇ ਨਹੀਂ, ਕਕਾਰ ਗੁਰੂ ਦੇ ਹੈ, ਗੁਰੂ ਨੇ ਬਖਸ਼ੇ ਹੈ। ਅਤੇ ਗੁਰੂ ਨੇ ਤਾਂ ਉਹਨੂੰ ਇਹੋ ਜਿਹੀ ਕੋਈ ਗੱਲ ਆਖੀ ਨਹੀਂ ਗੀ ਜਿਹਦੇ ਕਰਕੇ ਉਹਨੇ ਕਕਾਰ ਜਿਹੜੇ ਗੁਰੂ ਨੂੰ ਉਹਨੂੰ ਗੁਰੂ ਨੂੰ ਵਾਪਸ ਕੀਤੇ ਆ। ਅਤੇ ਗੁਰੂ ਨੇ ਤਾਂ ਉਹਨੂੰ ਬੰਦਾ ਚੰਗਾ ਕਿਹਾ ਹੀ ਨਹੀਂ, ਜੇ ਕਿਹਾ ਕਿਸੇ ਇੱਕ ਦੋ ਵਿਅਕਤੀਆਂ ਨੇ ਕਿਹਾ ਹੈਗਾ ਅਤੇ ਉਹਨਾਂ ਨਾਲ ਸਿੱਝਦਾ, ਪਰ ਕਕਾਰ ਵਾਪਸ ਕਰਨੇ ਜਿਹੜੇ ਹੈ ਬਹੁਤ ਮੰਦਭਾਗ ਹੈ, ਇਹ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਦੇਖੋ, ਗੱਲ ਇਹ ਹੈ ਕਿ ਜਦੋਂ ਕੋਈ ਵਿਰੋਧੀ ਬੰਦਾ ਜਿਹੜਾ ਹੈਗਾ ਉਹ ਸਾਡੀ ਭਾਸ਼ਾ ਬਾਰੇ ਜਾਂ ਮਤਲਬ ਸਾਡੇ ਧਰਮ ਬਾਰੇ ਜਾਂ ਸਾਡੀ ਮਰਿਆਦਾ ਬਾਰੇ ਬੋਲਦਾ ਹੈ, ਤਾਂ ਇੰਨਾ ਦੁੱਖ ਨਹੀਂ ਲੱਗਦਾ ਜਿੰਨਾ ਦੁੱਖ ਜਿਹੜਾ ਹੈ ਉਸ ਬੰਦੇ ਵੱਲੋਂ ਬੋਲ ਕਹੇ ਜਾਣ 'ਤੇ ਲੱਗਦਾ ਜਿਹੜਾ ਖੁਦ ਹਮਾਇਤੀ ਹੋਵੇ। ਅਤੇ ਐਡੇ ਵੱਡੇ ਗਾਇਕ ਹੈ, ਪੰਜਾਬੀ ਭਾਸ਼ਾ ਦੇ ਹਮਾਇਤੀ ਰਹੇ ਹੈ, ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ, ਅਤੇ ਉਹਨਾਂ ਵੱਲੋਂ ਜਦੋਂ ਇਹੋ ਜਿਹਾ ਬਿਆਨ ਆਇਆ ਤਾਂ ਯਕੀਨਨ ਹੈ ਕਿ ਮਨਾਂ ਨੂੰ ਠੇਸ ਲੱਗਣੀ ਜਿਹੜੀ ਹੈ ਉਹ ਜਾਇਜ਼ ਹੈ। ਉੱਧਰ ਅੰਮ੍ਰਿਤਸਰ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ 7 ਮੁਲਜ਼ਮਾਂ ਨੂੰ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਹਨਾਂ ਸਾਰਿਆਂ ਨੂੰ 9 ਅਕਤੂਬਰ ਤੱਕ ਦੇ ਲਈ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਕਾਬਲੇ ਜ਼ਿਕਰ ਹੈ ਕਿ ਪਾਕਿਸਤਾਨ ਤੋਂ ਪੰਜਾਬ ਵਿੱਚ ਡਰੋਨ ਦੇ ਜ਼ਰੀਏ ਭੇਜੇ ਗਏ ਹਥਿਆਰਾਂ ਦੇ ਮਾਮਲੇ ਦੇ ਵਿੱਚ ਕੁਝ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਬਚਾਅ ਪੱਖ ਦੇ ਵਕੀਲਾਂ ਨੇ ਹਾਲਾਂਕਿ ਸਾਰੇ ਇਲਜ਼ਾਮਾਂ ਨੂੰ ਨਿਰਾਧਾਰ ਦੱਸਿਆ, ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 9-10 ਤੱਕ ਰਿਮਾਂਡ ਮਿਲਿਆ, ਇਹ ਅੱਜ 7 ਬੰਦੇ ਪੇਸ਼ ਕੀਤੇ ਆ, ਅਤੇ ਇਹਨਾਂ ਦਾ ਇਹ 9-10 ਤੱਕ, 9-10 ਤੱਕ ਠੀਕ ਹੈ। ਅਸੀਂ ਇਹਨਾਂ ਨੂੰ ਇਹ ਤਰਕ ਦਿੱਤਾ ਕਿ ਸਭ ਤੋਂ ਪਹਿਲੇ ਤਾਂ ਇਹਨਾਂ ਦੀ ਸਟੋਰੀ ਹਵਾ ਦੇ ਵਿੱਚ ਹੈਗੀ ਹੈ, ਕਦੇ ਕਹਿੰਦੇ ਨੇ ਇੱਕ ਜਹਾਜ਼ ਆਇਆ, ਕਦੇ ਕਹਿੰਦੇ ਨੇ 2 ਜਹਾਜ਼ ਆਏ ਨੇ। ਅਜੇ ਤੱਕ ਤਾਂ ਇਹ FSL ਦੀ ਰਿਪੋਰਟ ਡਿਸਾਈਡ ਕਰੇਗੀ ਕਿ ਉਹ ਜਿਹੜੇ ਇਹ ਪਰ ਇਹਨਾਂ ਨੇ ਫੜੇ ਨੇ, ਕੋਈ ਪਤਾ ਨਹੀਂ ਕਾਹਦੇ ਨੇ, ਉਹ ਟਰੈਕਟਰ ਦੇ ਹੈਗੇ ਨੇ, ਕੋਈ ਕਾਹਦੇ ਨੇ। ਜਦ ਤੱਕ FSL ਰਿਪੋਰਟ ਨਹੀਂ ਆਏਗੀ, ਐਕਸਪਰਟ ਰਿਪੋਰਟ ਨਹੀਂ ਆਏਗੀ, ਆਪਾਂ ਇਹਨਾਂ ਦੇ ਵਰਸ਼ਨ ਨੂੰ ਕਿਵੇਂ ਮੰਨ ਸਕਦੇ ਹਾਂ। ਦਿੱਲੀ ਦੀ ਇੱਕ ਰਾਮਲੀਲਾ ਕਮੇਟੀ ਵੱਲੋਂ ਗੁਰਬਾਣੀ ਦੇ ਨਿਰਾਦਰ ਦੇ ਮਾਮਲੇ 'ਤੇ ਮਾਮਲਾ ਕਾਫੀ ਜ਼ਿਆਦਾ ਭਖ ਗਿਆ। ਇਸ ਮਾਮਲੇ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਕੁਲਵੰਤ ਸਿੰਘ ਬਾਠ ਨੇ ਸਾਫ਼ ਕੀਤਾ ਕਿ ਇਸ ਮਾਮਲੇ ਦੇ ਵਿੱਚ ਪ੍ਰਬੰਧਕਾਂ ਤੋਂ ਲਿਖਤ ਰੂਪ ਦੇ ਵਿੱਚ ਮਾਫ਼ੀ ਮੰਗੀ ਗਈ ਹੈ। ਉਹਨਾਂ ਕਿਹਾ ਕਿ ਪ੍ਰਬੰਧਕਾਂ ਨੂੰ ਵੀਡੀਓ ਜਾਰੀ ਕਰਕੇ ਮਾਫ਼ੀ ਮੰਗਣੀ ਚਾਹੀਦੀ ਹੈ। ਬੜੇ ਹੀ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਵੀ ਕੁਛ ਲੋਕਾਂ ਵੱਲੋਂ ਜਾਣ ਬੁੱਝ ਕੇ ਅਣਗਹਿਲੀਆਂ ਕੀਤੀਆਂ ਜਾਂਦੀਆਂ। ਲਵਕੁਸ਼ ਰਾਮਲੀਲਾ ਕਮੇਟੀ ਜਿਹੜੀ ਕਿ ਰਾਮਲੀਲਾ ਦਾ ਮੰਚਨ ਕਰਦੀ ਹੈ, ਪਿਛਲੇ ਦਿਨੀ ਉਹਨਾਂ ਵੱਲੋਂ ਕਿਸੇ ਈਵੈਂਟ ਕੰਪਨੀ ਵੱਲੋਂ ਕੋਈ ਈਵੈਂਟ ਕਰਾਇਆ ਗਿਆ ਜਿਹਦੇ ਵਿੱਚ ਉਸ ਕੰਪਨੀ ਵੱਲੋਂ ਗੁਰਬਾਣੀ ਦੀਆਂ ਪੰਕਤੀਆਂ ਦਾ ਇਸਤੇਮਾਲ ਕਰਦੇ ਹੋਏ ਜਿੱਥੇ ਗੁਰਬਾਣੀ ਦਾ ਨਿਰਾਦਰ ਕੀਤਾ, ਗੁਰਬਾਣੀ ਦੀ ਬੇਅਦਬੀ ਕੀਤੀ। ਔਰ ਇਹ ਗੱਲ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਆਈ, ਅਸੀਂ ਇਸ ਗੱਲ ਦਾ ਓਬਜੈਕਸ਼ਨ ਵੀ ਕੀਤਾ ਔਰ ਇਹਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਹਾਂ।
ਉੱਧਰ ਰੂਪਨਗਰ ਦੀ ਕਾਂਗਰਸ ਵਿੱਚ ਇੱਕ ਵਾਰੀ ਫਿਰ ਖੁੱਲ੍ਹ ਕੇ ਫੁੱਟ ਸਾਹਮਣੇ ਆਈ ਹੈ। ਅਸਲ ਦੇ ਵਿੱਚ ਅਮਰਜੀਤ ਸਿੰਘ ਸੰਧੂਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਆ ਚੁੱਕੇ ਨੇ, ਪਰ ਕਿਤੇ ਨਾ ਕਿਤੇ ਉੱਥੇ ਕਾਂਗਰਸ ਦੇ ਵਿੱਚ ਫੁੱਟ ਹੈ। ਅਮਰਜੀਤ ਸਿੰਘ ਸੰਧੂਆ ਨੇ ਜ਼ਿਲ੍ਹਾ ਪ੍ਰਧਾਨ ਬਾਰੇ ਵੀ ਇੱਕ ਬਿਆਨ ਦੇ ਦਿੱਤਾ ਹੈ। ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨ ਦੀਆਂ ਨਿਯੁਕਤੀਆਂ ਦੇ ਮੌਕੇ 'ਤੇ ਕਈ ਕਾਂਗਰਸੀ ਆਗੂ ਪਹੁੰਚੇ ਸਨ ਜਦੋਂ ਅਮਰਜੀਤ ਸਿੰਘ ਸੰਧੂਆ ਨੇ ਬਿਆਨ ਦਿੱਤਾ। ਰੋਪੜ ਬਲਾਕ ਸਾਂਭੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਦੀ ਤਾਜਪੋਸ਼ੀ ਸੀ ਅਤੇ ਉਹਨਾਂ ਨੇ ਆਪਣੇ ਅੱਜ ਅਹੁਦੇ ਜਿਹੜੇ ਸੰਭਾਲਣੇ ਅਤੇ ਕੰਮ ਕਰਨਾ ਸ਼ੁਰੂ ਕਰਨ ਦਾ ਦਫ਼ਤਰਾਂ 'ਚ ਬੈਠ ਕੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ। ਉਸ ਸਭ ਤੋਂ ਪਹਿਲਾਂ ਤਾਂ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਅੱਜ ਆਪਣਾ ਚਾਰ ਸੰਭਾਲ ਲਿਆ, ਲੋਕਾਂ ਦੀ ਸੇਵਾ ਕਰਨ। ਉਸ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੇ ਵੀ ਆਪਣੇ ਅਹੁਦੇ ਸੰਭਾਲ ਲਏ ਹੈ ਕਿ ਲੋਕਾਂ ਦੀ ਸੇਵਾ ਕਰਨ, ਤਾਨਾ ਬੜੀ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਅਤੇ ਲੋਕਾਂ ਦੀ ਸੇਵਾ ਕਰਨ। ਮੈਂ ਤਾਂ ਉਹਨਾਂ ਨੂੰ ਮੁਬਾਰਕਾਂ ਦੇਣੀ ਚਾਹੁੰਦਾ ਹੈ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਤੇ ਅੱਜ ਦੇ ਸਾਡੇ ਇੱਥੇ ਜਿਹੜੇ ਪਹੁੰਚੇ ਅਤੇ ਮਾਣਯੋਗ ਸਪੀਕਰ ਰਾਣਾ ਕੇ ਪੀ ਜੀ ਵਿਧਾਨ ਸਭਾ, ਉਹਨਾਂ ਦਾ ਵੀ ਧੰਨਵਾਦ, ਅਤੇ ਚਰਨਜੀਤ ਚੰਨੀ ਸਾਡੇ ਮੰਤਰੀ ਸਾਹਿਬ ਹੈ ਉਹ ਵੀ ਆਏ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਜ਼ਿਲ੍ਹੇ ਰੋਪੜ ਵਿੱਚ ਪਹੁੰਚਣ ਦੇ, ਰੋਪੜੇ ਹਲਕੇ ਵਿੱਚ ਪਹੁੰਚਣ। ਦੇਖੋ ਕਾਂਗਰਸ ਪਾਰਟੀ ਦੇ ਕੰਮ ਹੈ ਜਿਹੜੇ ਲੋਕ ਆਪਣਾ ਬੋਲਦੇ ਆ ਲੋਕਾਂ ਵਿੱਚ, ਲੋਕਾਂ ਨੂੰ ਪਤਾ ਵੀ ਸਰਕਾਰ ਕੰਮ ਕਰਦੀ, ਅਸੀਂ ਵੀ ਲੋਕਾਂ ਨੂੰ ਦੱਸੀ ਜਾਂਦੇ ਵੀ ਆਹ ਲੋਕਾਂ ਦੇ ਵਿੱਚ ਜਾ ਕੇ ਪਤਾ ਕਰਦੇ ਕਿ ਤੁਹਾਡੇ ਕੰਮ ਹੁੰਦੇ ਕਿ ਨਹੀਂ ਹੁੰਦੇ। ਅਫਸਰਸ਼ਾਹੀ ਬਾਰੇ ਬਿਆਨ ਦਿੱਤਾ, ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿਆ ਬੋਲਿਆ, ਤੁਸੀਂ ਦੱਸ ਦਿਓ ਬਾਕੀ ਮੈਨੂੰ। ਉੱਧਰ ਸੰਗਰੂਰ ਵਿੱਚ ਇੱਕ ਨੌਜਵਾਨ ਨੂੰ ਔਨਲਾਈਨ ਫਿਲਮ ਬੁਕਿੰਗ ਕਰਾਉਣੀ ਕਾਫੀ ਜ਼ਿਆਦਾ ਮਹਿੰਗੀ ਪੈ ਗਈ, ਉਸ ਨੂੰ 31,800 ਰੁਪਏ ਦਾ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਔਨਲਾਈਨ ਠੱਗੀ ਦਾ ਸ਼ਿਕਾਰ ਹੋਇਆ। ਜਾਣਕਾਰੀ ਮੁਤਾਬਕ ਠੱਗਾਂ ਨੇ ਲਿੰਕ ਭੇਜ ਕੇ ਫਿਲਮ ਬੁੱਕ ਕਰਵਾਉਣ ਲਈ ਕਿਹਾ, ਬੁਕਿੰਗ ਕਰਾਉਣ 'ਤੇ ਖਾਤੇ ਵਿੱਚੋਂ 31,800 ਰੁਪਏ ਉੱਡ ਗਏ। ਠੱਗੀ ਦੇ ਸ਼ਿਕਾਰ ਵਿਅਕਤੀ ਕੁਲਵਿੰਦਰ ਸਿੰਘ ਨੇ ਆਪ ਬੀਤੀ ਇੰਝ ਦੱਸੀ। ਮੈਂ ਵੈਬਸਾਈਟ 'ਤੇ ਜਾ ਕੇ, ਔਰਬਿਟ ਸਿਨੇਮਾ ਸੰਗਰੂਰ ਦੀ ਵੈਬਸਾਈਟ 'ਤੇ ਜਾ ਕੇ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਦਿੱਤੇ ਹੋਏ ਸੀਗੇ ਉਹਨਾਂ 'ਤੇ ਮੈਂ ਕਾਲ ਕੀਤਾ। ਉਹਨਾਂ ਨੂੰ ਮੈਂ ਟਾਈਮ ਪੁੱਛਿਆ, ਟਾਈਮ ਪੁੱਛਦੇ ਪੁੱਛਦੇ ਉਹਨਾਂ ਨੇ ਮੈਨੂੰ ਗੱਲਾਂ 'ਚ ਕਿਹਾ ਕਿ ਅਸੀਂ ਤੁਹਾਡੀ ਔਨਲਾਈਨ ਹੀ ਤੁਹਾਡੀ ਬੁਕਿੰਗ ਕਰ ਦਿੰਦੇ ਹਾਂ, ਤੁਹਾਨੂੰ ਇੱਕ ਲਿੰਕ ਭੇਜਾਂਗੇ, ਲਿੰਕ ਭੇਜ ਕੇ ਜਿਹੜਾ ਅਸੀਂ ਲਿੰਕ ਭੇਜਾਂਗੇ ਸਾਨੂੰ ਫੋਰਵਰਡ ਕਰ ਦਿਓ, ਅਸੀਂ ਤੁਹਾਡਾ ਜਿਹੜੀ ਸੀਟ ਹੈ ਰਿਜ਼ਰਵ ਕਰ ਦਾਂਗੇ। ਅਤੇ ਉਸ ਤੋਂ ਬਾਅਦ ਮੇਰੇ ਪੈਸੇ ਦੜਾ ਦੜ ਕੱਟਣੇ ਸ਼ੁਰੂ ਹੋ ਗਏ। ਕਿੰਨੇ ਪੈਸੇ ਟੋਟਲ ਕੱਟੇ ਤੁਹਾਡੇ? 31,800 ਰੁਪਏ ਦਾ ਚੂਨਾ ਲੱਗ ਗਿਆ ਜੀ। ਅੱਛਾ, ਕੀ ਤੁਸੀਂ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ? ਉਸ ਤੋਂ ਬਾਅਦ ਕਾਰਵਾਈ ਕੀਤੀ, ਮੈਂ ਸੰਗਰੂਰ ਆਇਆ, ਸੰਗਰੂਰ ਪੁੱਛਿਆ, ਮੈਨੇਜਰ ਨਾਲ ਗੱਲ ਹੋਈ, ਮੈਨੇਜਰ ਕਹਿੰਦਾ ਸਾਡਾ ਇਹ 'ਚ ਸਾਡੀ ਤਾਂ ਸਾਈਟ ਹੀ ਹੈ, ਹੋ ਗਈ, ਅਸੀਂ ਇਹਦੇ ਰਿਸਪੋਂਸੀਬਲ ਨਹੀਂ ਹੈ। ਅਤੇ ਅਸੀਂ ਉਹਨੂੰ ਆਖਿਆ ਕਿ ਤੂੰ ਆਪਣੇ ਮੈਨੇਜਰ ਦਾ ਨੰਬਰ ਦੇ, ਆਪਣੇ ਸੀਨੀਅਰ ਦਾ, ਕਿਸੇ ਦਾ ਮਾਲਕ ਦਾ ਨੰਬਰ ਦੇ, ਸਾਡੀ ਗੱਲ ਕਰਵਾ। ਉਹਨਾਂ ਨੇ ਗੱਲ ਕਰਨ ਤੋਂ ਮਨਾ ਕਰ ਦਿੱਤਾ। ਕੀ ਕਹਿੰਦੇ? ਕਹਿੰਦੇ ਉਹ ਤਾਂ ਸਿੰਗਾਪੁਰ ਗਏ ਹੋਏ ਹੈ, ਕਦੇ ਕਹਿੰਦੇ ਹੈ ਕਿ ਉਹ ਤਾਂ ਸਾਡੇ ਕੰਟੈਕਟ 'ਚ ਹੀ ਨਹੀਂ ਹੈ, ਅਸੀਂ ਤਾਂ ਉਹਦਾ ਨੌਕਰ ਹੈ, ਅਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ। ਉਸ ਤੋਂ ਬਾਅਦ ਫਿਰ ਤੁਸੀਂ ਕੀ ਕੰਪਲੇਂਟ ਕੀਤੀ? ਅਸੀਂ ਉਦੋਂ ਬਾਅਦ ਉਹਨਾਂ ਤੋਂ ਅਸੀਂ ਵਾਪਸ ਆ ਗਏ, ਅਸੀਂ ਪੁਲਿਸ ਕੰਪਲੇਂਟ FIR ਦਰਜ ਕਰਵਾਈ, ਉਹ ਸਿਟੀ ਥਾਣਾ 1 ਦੇ ਵਿੱਚ ਦਰਜ ਹੋਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਾਲਾਬਾਦ ਦੇ ਵਿੱਚ ਵੀ ਆਪਣੀ ਪਾਰਟੀ ਦਾ ਚੋਣ ਦਫ਼ਤਰ ਖੋਲ੍ਹ ਦਿੱਤਾ ਗਿਆ। ਅਕਾਲੀ BJP ਦੇ ਵਰਕਰਾਂ ਨੇ ਇਸ ਮੌਕੇ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਮੌਜੂਦ ਰਹੇ। ਦੇਖ ਹੀ ਰਹੇ ਵਰਕਰਾਂ, ਪੂਰਾ ਜੋਸ਼ ਹੈ। ਜਿਹੜੇ ਕੈਂਡੀਡੇਟ ਹੈ ਸਾਡੇ ਸਾਹਮਣੇ, ਸਾਡੇ ਕੈਂਡੀਡੇਟ ਇੱਕ ਆਮ ਆਦਮੀ ਆਮ ਜਨਤਾ 'ਚ ਵਿਚਰਨ ਵਾਲੇ ਹੈ, ਉਹਨਾਂ ਦੇ ਕੈਂਡੀਡੇਟ ਹਵਾ 'ਚ ਰਹਿਣ ਵਾਲੇ ਹੈ। ਕਰੋੜ ਅਰਬਪਤੀ ਆਦਮੀ ਹੈ, ਉਹਨਾਂ ਦੇ ਪ੍ਰੋਪਰਟੀ ਇੰਨੀ ਸ਼ੋਅ ਕੀਤੀ ਹੈ, ਅਤੇ ਨਾ ਉਹ ਇਸ ਹਲਕੇ ਦੇ ਹੈ, ਵੱਡੀ ਗੱਲ ਹੈ। ਦੂਸਰੇ ਹਲਕੇ 'ਚ ਕੋਈ ਕੰਮ ਹੈ, ਛੋਟਾ ਜਿਹਾ ਕੰਮ ਵੀ ਹੈ, ਇਹ ਇੱਥੋਂ ਦੇ ਜਲਾਲਾਬਾਦ ਦੇ ਲੋਕ ਆ, ਉੱਥੇ ਜਾ ਕੇ ਕਰਾਉਣਗੇ, ਉੱਥੇ ਉਹਨਾਂ ਨੇ ਮਿਲਣਾ ਨੇ। ਇਹ ਉਹਨਾਂ ਦੇ ਵਿੱਚ ਰਹਿਣ ਵਾਲੇ, ਲੋਕਾਂ ਦੇ ਵਿੱਚ ਰਹਿਣ ਵਾਲੇ ਸਾਡੇ ਸਾਥੀ ਹੈ, ਅਤੇ ਵਰਕਰਾਂ 'ਚ ਪੂਰਾ ਜੋਸ਼ ਹੈ ਜੀ। ਇਹ ਸੀਟ ਅਸੀਂ ਬਿਲਕੁਲ ਬਰਕਰਾਰ ਰੱਖਾਂਗੇ। ਅਤੇ ਆਦਮੀ ਹੋਵੇ, ਮੈਂ ਗਰੀਬ ਆਦਮੀ ਹਾਂ, ਮੇਰਾ ਜਿਹੜਾ ਇਲਾਕੇ ਦੇ ਵਿੱਚ ਜਲਾਲਾਬਾਦ ਦੇ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ, ਮੈਂ ਜਿਹੜਾ ਲੋਕਾਂ ਦਾ ਪਿਆਰ ਵੀ ਬਰਕਰਾਰ ਰੱਖਾਂਗਾ। ਮੈਂ ਇਲਾਕੇ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਅਤੇ ਲੀਡਰਸ਼ਿਪ ਦਾ। ਜਬ ਸੁਖਬੀਰ ਸਿੰਘ ਬਾਦਲ ਦੀ ਸਰ ਲੜ ਰਹੇ ਥੇ, ਹਮਨੇ ਦੇਖਾ ਥਾ ਕਭੀ ਨਹੀਂ, ਇਸ ਵਾਰ ਯੇ ਭਾਈਚਾਰਕ ਸਾਂਝ ਹੈ, ਕੋਈ ਵੀ ਆ ਸਕਤਾ ਹੈ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੇਖਦੀ ਹੈ ਜਾਂ ਵਰਕਰ ਕੋ ਕਿਸ ਕੋ ਟਿਕਟ ਦੇਣੀ ਕਿਸ, ਇਸ ਮਸਲੇ ਭਾਈਚਾਰਕ ਸਾਂਝ ਹੈ, ਕਿਉਂ ਇਹ ਤਾਂ ਮੁੱਦਾ ਹੀ ਨਹੀਂ ਹੈ। ਉੱਧਰ ਹਰਿਆਣਾ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਅਸ਼ੋਕ ਤੰਵਰ ਨੇ ਕਾਂਗਰਸ ਵਿੱਚ ਹਰਿਆਣਾ ਵਿੱਚ ਟਿਕਟਾਂ ਦੀ ਵੰਡ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਾਂਗਰਸ ਦੀਆਂ ਸਾਰੀਆਂ ਕਮੇਟੀਆਂ ਅਤੇ ਜ਼ਿੰਮੇਵਾਰੀਆਂ ਤੋਂ ਅਹੁਦਾ ਦੇ ਦਿੱਤਾ। ਅਸ਼ੋਕ ਤੰਵਰ ਨੇ ਕਾਂਗਰਸ ਦੀ ਟਿਕਟ ਵੰਡ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਕੀ ਇਲਜ਼ਾਮ ਲਾਏ ਆ ਉਹ ਸੁਣਦੇ ਹਾਂ। ਹਾਲਾਤ ਪਿਛਲੇ ਇੱਕ ਵਰਸ਼ ਮੈਂ ਉਹ ਬਦਲਤੇ ਗਏ, ਔਰ ਕਈ ਵਾਰ ਹੋ ਸਕਦਾ ਅਣਜਾਣੇ ਮੈਂ ਹੋ ਸਕਦਾ ਜਾਣ ਬੁੱਝ ਕਰਕੇ ਹੋ,
लेकिन स्थिति बिगड़ी और आप सबके सामने नतीजे रहे, लोकसभा के रहे, कॉरपोरेशंस के रहे, संगठन में भी बहुत से लोगों ने बार बार सवालिया निशान खड़े करे कि संगठन नहीं बना है। वंदे भारत रेल गड्डी लुधियाना पहुंची। इस तो पहला दिल्ली विच भाजपा के प्रधान अते गृह मंत्री अमित शाह ने इस नू हरी झंडी विखाई। नवी दिल्ली तो कटड़ा तक वंदे भारत ट्रेन ने जाना। इस दियां खास विशेषतावां ने कि ये कई तरह के सुनेहे दे रही है। ये हाईटैक ट्रेन है। बिल्कुल, हमें ट्रेनिंग दी गई है। इसमें जो भी हमने अपनी ड्यूटी करनी है तो हमें पूरी ट्रेनिंग दी जाती है। दिल्ली में ट्रेनिंग दी जाती है 3 दिन के लिए। बाकी इसमें कोई इतना ज़्यादा प्रॉब्लम नहीं है, क्योंकि हम तो ऑलरेडी ट्रेंड आदमी हैं। ठीक है, हमें पहले ऑलरेडी 30 साल से पहले ट्रेनिंग दी जा रही, टाइम टू टाइम ट्रेनिंग दी जाती है। एक नवी टेक्नोलॉजी या नवी टेक्नोलॉजी वास्ते 2 या 3 दिन होर चाहिए होंगे, वो बिल्कुल सानू ट्रेनिंग दी गई है। बाकी यदि फैसिलिटी देखी जाए, फैसिलिटी के पॉइंट ऑफ व्यू तो तकरीबन जो एक्सपैक्टेशन सी लोगों की, जो पब्लिक की एक्सपैक्टेशन, वो पूरी रेल ने पूरी की है। अच्छा बताइए, जो और ट्रेन है इन जो वंदे भारत, क्या फ़र्क क्या? फर्क क्या है कि लग्जरी ट्रेन है, इस जो सीटिंग कपैसिटी है बाकी ट्रेनों के तो थोड़ा जहा घट है, और ये खुले डब्बे बहुत खुले है, चेयर कार है, बैठने की व्यवस्था जिमें राज शताब्दी होंगी है। बाकी ये टाइमिंग की जो टाइमिंग बहुत घट है, 8 घंटे का सफ़र है नवी दिल्ली तो कटड़ा, कटड़ा तो नवी दिल्ली 8 घंटा आएगी, 8 घंटे में ही वापस आएगी। ये 5th ऑफ अक्टूबर से इसका कॉमर्शियल रन स्टार्ट हो रहा है। इसका टाइमिंग्स रह गए, दिल्ली से डिपार्ट होगी सुबह 6 बजे, लुधियाना का इसका टाइमिंग 9:19 का है मॉर्निंग में अराइवल, शेड्यूल्ड अराइवल, और शेड्यूल डिपार्चर है इसका 9:21 का। 2 बजे ये कटरा पहुँचेगी, 3 बजे कटरा से चलेगी, और वहाँ से फिर ये शाम को 7:32 पे यहाँ इसका अराइवल होगा, और 7:34 पे इसका यहाँ से शेड्यूल डिपार्चर है। सर, दिल्ली से लेकर कटरा तक कितने स्टाफ हैं? इसके टोटल ये सबसे दिल्ली से चलेगी, रुकेगी अंबाला, अंबाला के बाद लुधियाना और फिर जम्मू तवी, तीनों जगह इनका 2-2 मिनट का स्टॉप है। पंजाब इस वेले विच फिलहाल इन्ना ही। नवीं ताज़ियाँ सरगर्मियों के फिर मुलाकात होगी। सुरेंद्र डल्ला ने दो इजाजत, धन्यवाद।